ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੇਨੀਆ ਦੇਖ ਰਹੇ ਹੋ ਤੁਸੀਂ। ਮੇਰੇ ਨਾਲ ਅੱਜ ਮੌਜੂਦ ਨੇ ਸਰਗੀ ਫਿਲਮ ਦੇ ਐਕਟਰ ਤੇ ਟੀਮ JB ਜੱਸੀ ਗਿੱਲ ਭਾਜੀ ਤੇ ਬੱਬਾ ਗਰਾਏ ਭਾਜੀ। ਭਾਜੀ ਵੈਲਕਮ ਟੂ ਪੰਜਾਬੀ ਮੇਨੀਆ ਡੋਟ ਕਾਮ। ਥੈਂਕ ਯੂ ਸੋ ਮਚ ਤੁਹਾਡੇ ਸਾਰੇ ਵਿਊਅਰਸ ਨੂੰ ਵੀ। ਸਤਿ ਸ਼੍ਰੀ ਅਕਾਲ ਭਾਜੀ। ਸਭ ਤੋਂ ਪਹਿਲਾਂ ਫਿਲਮ ਆ ਰਹੀ ਹੈ ਸਰਗੀ ਜੀ, ਤੇ ਆਪਣੇ ਆਪਣੇ ਰੋਲ ਬਾਰੇ ਦੱਸੋ ਸਾਨੂੰ। ਸਭ ਤੋਂ ਪਹਿਲਾਂ ਫਿਲਮ ਜੀ, ਬਿਲਕੁਲ ਸਾਡੀ ਫਿਲਮ ਆ ਰਹੀ ਹੈ ਸਰਗੀ, ਜਿਹੜੀ 24 ਫਰਵਰੀ ਨੂੰ, ਮਤਲਬ ਜੇ ਅੱਜ ਤੋਂ ਦੇਖੀਏ ਤਾਂ ਪਰਸੋਂ ਨੂੰ ਰਿਲੀਜ਼ ਹੋਣੀ ਹੈ। ਸੋ ਮੇਰਾ ਜਿਹੜਾ ਕਰੈਕਟਰ ਹੈ ਜੀ, ਇੱਕ NRI ਮੁੰਡੇ ਦਾ ਜਿਹੜਾ ਉੱਥੇ ਜੰਮਿਆ ਪਲਿਆ ਹੈ ਅਤੇ ਬੜਾ ਫਲਰਟੀ ਹੈ, ਉਹਦਾ ਨਾਮ ਹੈਗਾ ਕੈਮ। ਵੈਸੇ ਕਰਮਜੀਤ ਸਿੰਘ ਉਹਦਾ ਨਾਮ ਆ, ਪਰ ਉਹਦਾ ਛੋਟਾ ਨਾਮ ਕੈਮ ਆ। ਤਾਂ ਕਿੱਦਾਂ ਜਿਹੜੀ ਸਰਗੀ ਰਬੀਨਾ ਬਾਜਵਾ ਜੀ ਦੇ ਕਰੈਕਟਰ ਦਾ ਨਾਮ ਆ, ਉਹਦੀ ਜਰਨੀ ਆ ਛੋਟੀ ਹੁੰਦੀ ਤੋਂ, ਕਿੱਦਾਂ ਉਹ ਆਪਣੀ ਫੈਮਿਲੀ ਲਈ ਸੈਕਰੀਫਾਈਸ ਕਰਦੀ ਆ, ਬੜੇ ਮਨੋਰੰਜਕ ਇੱਕ ਤਰੀਕੇ ਦੇ ਨਾਲ ਦੱਸਿਆ ਗਿਆ ਹੈ। ਤਾਂ ਜਦੋਂ ਸਰਗੀ ਬਾਹਰ ਆ ਜਾਂਦੀ ਹੈ ਤਾਂ ਕੈਮ ਉਹਦੀ ਲਾਈਫ ਦੇ ਵਿੱਚ ਆਉਂਦਾ, ਅਤੇ ਉੱਥੇ ਫਿਰ ਜਦੋਂ ਜੱਸੀ ਆ ਜਾਂਦਾ, ਫਿਰ ਕਰਮਜੀਤ ਭਾਜੀ ਆ ਜਾਂਦੇ ਆ। ਤਾਂ ਕਹਿੰਦੇ ਕਿ ਜਦੋਂ ਇੱਕ ਕੁੜੀ ਅਤੇ ਦੋ ਮੁੰਡੇ ਹੋਣ ਤਾਂ ਇੱਕ ਲਵ ਟ੍ਰਾਇੰਗਲ ਬਣਦੀ ਆ, ਪਰ ਇਹਦੇ ਵਿੱਚ ਤੁਹਾਨੂੰ ਰੈਕਟੈਂਗਲ, ਸਕੁਅਰ, ਸਰਕਲ ਸਾਰਾ ਕੁਝ ਦੇਖਣ ਨੂੰ ਮਿਲੂਗਾ। ਸੋ ਲਾਈਕ ਫੁੱਲ ਔਨ ਫਨ ਹੈ ਜੀ ਫਿਲਮ। ਅਤੇ ਜੱਸੀ ਭਾਜੀ, ਤੁਹਾਡਾ ਕਰੈਕਟਰ? ਮੇਰਾ ਬਿਲਕੁਲ ਓਪੋਜ਼ਿਟ ਹੈ ਜੀ, ਅਤੇ ਜਿਵੇਂ ਕਰੈਕਟਰ ਲੈਸ ਆ, ਮੈਂ ਥੋੜ੍ਹਾ ਕਰੈਕਟਰ 'ਚ ਹਾਂ। ਮੈਂ ਬਹੁਤ ਸਾਊ ਹਾਂ, ਸ਼ਰੀਫ ਹਾਂ, ਜਿਵੇਂ ਮੈਂ ਰੀਅਲ ਲਾਈਫ ਦੇ ਵਿੱਚ ਹਾਂ। ਮੈਂ ਮਤਲਬ ਇਹਨਾਂ ਕੁ ਸ਼ਰੀਫ ਆ, ਤੁਸੀਂ ਦੇਖ ਸਕਦੇ ਹੋ, ਗਾਣਾ ਆਇਆ ਸੀ ਇੱਕ, ਫੇਰ ਉਹੀ ਹੋਇਆ ਹੁਣੇ ਉਸ ਫਿਲਮ ਦਾ। ਇਨੋਸੈਂਟ ਯੁੱਗ ਆਈ, ਮੈਂ ਕੁੜੀ ਨੂੰ ਪ੍ਰਪੋਜ਼ ਨਹੀਂ ਕਰ ਪਾ ਰਿਹਾ, ਜਦਕਿ ਮੈਨੂੰ ਬਚਪਨ ਤੋਂ ਪਸੰਦ ਕਰਦਾ। ਸੋ ਉਵੇਂ ਦਾ ਮੇਰਾ ਕਰੈਕਟਰ, ਕਿਵੇਂ ਮੈਂ ਉਹਨੂੰ ਪਸੰਦ ਕਰਦਾ ਪਰ ਕਿਹਾ ਨਹੀਂ ਜਾਂਦਾ, ਅਤੇ ਉਹਦੇ ਨਾਲ ਪਰ ਫਿਰ ਵੀ ਮੈਨੂੰ ਆਇਆ ਕਿ ਮੈਂ ਇਹਨੂੰ ਕਹਿਣਾ, ਕਦੇ ਕਹਿਣਾ, ਕਦੇ ਕਹਿਣਾ, ਉਹ ਤੁਹਾਨੂੰ ਫਿਲਮ 'ਚ ਦੇਖਣ ਨੂੰ ਮਿਲੂਗਾ ਕਿ ਮੈਂ ਕਦੋਂ ਕਹਿਣਾ, ਕਦੋਂ ਨਹੀਂ ਕਹਿੰਦਾ, ਜਾਂ ਕਿਹਾ ਜਾਂਦਾ ਕਿ ਨਹੀਂ ਕਿਹਾ ਜਾਂਦਾ। ਸੋ ਐਵੇਂ ਦਾ ਕਰੈਕਟਰ ਆ। ਬਾਕੀ ਫਿਲਮ ਬਾਰੇ ਬੱਬਲ ਨੇ ਦੱਸਿਆ ਕਿ ਫੁੱਲੀ ਐਂਟਰਟੇਨਮੈਂਟ ਹੋਊਗੀ ਤੁਹਾਡੇ ਸਾਰਿਆਂ ਦੀ, ਕਿਉਂਕਿ ਫਿਲਮ ਕੋਈ ਇਹ ਨਹੀਂ ਹੈਗੀ, ਕਾਮੇਡੀ ਜਿਹੜੀ ਫਿਲਮ ਦੇ ਵਿੱਚ ਮਿਲੂਗੀ ਤੁਹਾਨੂੰ ਉਹ ਇੱਕ ਦਾਇਰੇ ਦੇ ਵਿੱਚ ਰਹਿ ਕੇ ਕੀਤੀ ਹੋਈ ਆ। ਤੁਸੀਂ ਆਪਣੀ ਫੈਮਿਲੀ ਦੇ ਨਾਲ ਬਹਿ ਕੇ ਇੰਜੋਏ ਕਰੋਗੇ, ਮਤਲਬ ਕੋਈ ਤੁਹਾਨੂੰ ਇਹ ਨਹੀਂ ਲੱਗੂਗਾ ਯਾਰ ਬੱਚਿਆਂ ਨੂੰ ਨਾਲ ਨਹੀਂ ਲੈ ਕੇ ਆਉਣਾ ਸੀਗਾ ਯਾਰ, ਅੱਜ ਮੈਂ ਆਪਣੇ ਮੰਮੀ ਨੂੰ ਨਾਲ ਲਿਆ ਯਾਰ, ਐਵੇਂ ਦਾ ਕੁਛ ਨਹੀਂ ਹੋਊਗਾ। ਤੁਸੀਂ ਇਹ ਦੇਖੋਗੇ ਕਿ ਹਾਂ ਵੀ ਹਰ ਇੱਕ ਬੰਦਾ ਹੱਸ ਰਿਹਾ ਐਂਡ ਇੰਜੋਏ ਕਰ ਰਿਹਾ, ਘਰੇ ਗੱਲਾਂ ਕਰੂਗਾ ਯਾਰ, ਉਹ ਚੀਜ਼ਾਂ ਬਹੁਤ ਵਧੀਆ ਸੀ। ਅਤੇ ਭਾਜੀ, ਤੁਸੀਂ ਨੀਰੂ ਬਾਜਵਾ ਜੀ ਨਾਲ ਕੰਮ ਪਹਿਲਾਂ ਬਹੁਤ ਕੀਤਾ ਹੈ ਆਪਾਂ, ਤੁਸੀਂ ਮੂਵੀਜ਼ ਉਹਨਾਂ ਨਾਲ ਕੀਤੀਆਂ ਹੋਈਆਂ, ਚੰਨੋ ਕੀਤੀ ਹੈ ਤੁਸੀਂ, ਅਤੇ ਉਹਨਾਂ ਤੁਹਾਡੇ ਮਿਊਜ਼ਿਕ ਵੀਡੀਓ 'ਚ ਫੀਚਰ ਹੋਏ ਹੈ, ਅਤੇ ਬੱਬਲ ਬਾਜੀ ਤੁਸੀਂ ਇੱਕ ਕਰੈਕਟਰ ਵੀ ਕੀਤਾ ਸੀ ਮੇਰੇ ਖਿਆਲ ਨੀਰੂ ਨਾਮ ਦਾ, ਮਿਸਟਰ ਐਂਡ ਮਿਸਿਸ 400 ਵਿੱਚ, ਅਤੇ ਤੁਹਾਡੀ ਐਸੋਸੀਏਸ਼ਨ ਉਹਨਾਂ ਨਾਲ ਕਾਫੀ ਪੁਰਾਣੀ ਹੈ। ਅਤੇ ਤੁਹਾਡੀ ਐਸੋਸੀਏਸ਼ਨ ਉਹਨਾਂ ਨਾਲ ਕਾਫੀ ਪੁਰਾਣੀ ਹੈ, ਅਤੇ ਨੀਰੂ ਬਾਜਵਾ ਜੀ ਹੁਣ ਫਸਟ ਟਾਈਮ ਡਾਇਰੈਕਟ ਕਰ ਰਹੇ ਨੇ ਤੁਹਾਨੂੰ ਦੋਵਾਂ ਨੂੰ ਐਜ਼ ਲੀਡ ਗਿਆ ਮੂਵੀ 'ਚ, ਕਿੱਦਾਂ ਦਾ ਐਕਸਪੀਰੀਅੰਸ ਰਿਹਾ ਓਵਰਆਲ ਜੀ? ਪਹਿਲਾਂ ਤਾਂ ਮੈਂ ਤੁਹਾਡੀ 420 ਦੇ ਵਿੱਚ ਜਿਹੜੇ ਮੇਰਾ ਕਰੈਕਟਰ ਸੀ ਉਹਦਾ ਨਾਮ ਸੀ ਪਿੰਕੀ, ਉਹਦੀ ਸਿਸਟਰ ਦਾ ਨਾਮ ਮਤਲਬ ਬਿੰਨੂ ਭਾਜੀ ਦਾ ਨਾਮ ਨੀਰੂ ਸੀ। ਸੋ ਨੀਰੂ ਜੀ ਨਾਲ ਫਿਰ ਵੀ ਮੇਰੀ ਨੇੜਤਾ ਤਾਂ ਹੋ ਹੀ ਗਈ ਨਾ, ਕਿਉਂਕਿ ਮੇਰੀ ਭੈਣ ਦਾ ਕਰੈਕਟਰ ਕੀਤਾ ਸੀ ਉਹਨਾਂ ਨੇ। ਤਾਂ ਨੀਰੂ ਜੀ ਦੇ ਫੈਨ ਰਹੇ ਹਾਂ ਜੀ, ਉਹਨਾਂ ਨੂੰ ਫੋਲੋ ਕਰਦੇ ਰਹੇ ਹਾਂ ਜਦੋਂ ਤੋਂ ਉਹ ਫਿਲਮਾਂ ਦੇ ਵਿੱਚ ਆਏ ਨੇ ਜਾਂ ਗਾਣਿਆਂ ਦੇ ਵਿੱਚ ਆਏ ਆ। ਤਾਂ ਬੜੇ ਐਕਸਾਈਟਡ ਸੀ, ਥੋੜ੍ਹਾ ਜਿਹਾ ਨਰਵਸ ਵੀ ਸੀਗਾ ਜਿਸ ਦਿਨ ਪਹਿਲੇ ਦਿਨ ਸੈੱਟ 'ਤੇ ਜਾਣਾ ਸੀਗਾ ਕਿ ਯਾਰ ਇੰਨੇ ਵੱਡੇ ਸੁਪਰ ਸਟਾਰ ਆ, ਪਤਾ ਨਹੀਂ ਸਾਨੂੰ ਕਿੱਦਾਂ ਟ੍ਰੀਟ ਕਰਨਗੇ, ਪਰ ਉਹਨਾਂ ਨੇ ਸਾਨੂੰ ਬਹੁਤ ਕੰਫਰਟੇਬਲ ਰੱਖਿਆ, ਬਹੁਤ ਸਪੋਰਟਿਵ ਸੀਗੇ, ਅਤੇ ਸਾਨੂੰ ਆਪ ਸੀਨ ਕਰਕੇ ਦਿਖਾ ਦਿੰਦੇ ਸੀਗੇ ਤੁਸੀਂ ਇਹ ਸੀਨ ਨੂੰ ਇੱਦਾਂ ਕਰ ਸਕਦੇ ਹੋ, ਆਹ ਐਕਸਪ੍ਰੈਸ਼ਨ ਦੇ ਸਕਦੇ ਹੋ। ਤਾਂ ਮਤਲਬ ਉਹਨਾਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਿਆ, ਅਤੇ ਬਹੁਤ ਹੱਸਦੇ ਖੇਡਦੇ ਤੁਸੀਂ ਫਿਲਮ ਬਣਾਈ ਹੈ, ਅਤੇ ਮੈਨੂੰ ਲੱਗਦਾ ਕਿ ਤੁਸੀਂ ਫਿਲਮ ਹੱਸਦੇ ਖੇਡਦੇ ਦੇਖੋਗੇ ਤਾਂ ਤੁਹਾਨੂੰ ਬਹੁਤ ਪਸੰਦ ਆਊਗਾ। ਠੀਕ ਹੈ ਭਾਜੀ, ਅਤੇ ਜੱਸੀ ਭਾਜੀ ਤੁਹਾਡਾ ਐਕਸਪੀਰੀਅੰਸ ਨੀਰੂ ਜੀ ਦਾ? ਮੇਰਾ ਬਹੁਤ ਵਧੀਆ ਜੀ, ਕਿਉਂਕਿ ਅਸੀਂ ਥੋੜ੍ਹੇ ਜਿਵੇਂ ਕਹਿ ਲਓ ਕਿ ਤੁਸੀਂ ਪਹਿਲਾਂ ਕੰਮ ਕੀਤਾ ਹੁੰਦਾ, ਥੋੜ੍ਹੀ ਥੋੜ੍ਹੀ ਜਿਹੀ ਅੰਡਰਸਟੈਂਡਿੰਗ ਹੁੰਦੀ ਹੈ, ਤੁਸੀਂ ਆਪਸ 'ਚ ਗੱਲ ਕਰ ਸਕਦੇ ਹੁੰਦੇ ਹੋ, ਪਰ ਐਜ਼ ਏ ਡਾਇਰੈਕਟਰ ਨਹੀਂ ਮੈਂ ਕਦੇ ਸੋਚਿਆ ਸੀਗਾ। ਅੱਛਾ। ਅਤੇ ਮੈਨੂੰ ਐਜ਼ ਐਂ ਪਤਾ ਸੀ ਐਜ਼ ਏ ਐਕਟਰ ਮੈਂ ਉਹਨਾਂ ਤੋਂ ਆਪਾਂ ਗੱਲ ਕਰ ਸਕਦੇ, ਸੀਨ ਬਾਰੇ ਡਿਸਕਸ ਕਰ ਸਕਦੇ ਹਾਂ, ਪਰ ਮੈਨੂੰ ਥੋੜ੍ਹਾ ਡਰ ਸੀਗਾ ਕਿ ਇੱਦਾਂ ਕਿ ਐਜ਼ ਏ ਡਾਇਰੈਕਟਰ ਪਤਾ ਨਹੀਂ ਕਿਵੇਂ ਹੋਊਗਾ ਸਾਰਾ ਕੁਝ, ਪਰ ਬਹੁਤ ਵਧੀਆ ਰਿਹਾ। ਜਿਵੇਂ ਬੱਬਲ ਨੇ ਦੱਸਿਆ ਕਿ ਸਾਨੂੰ ਹੈਲਪ ਬਹੁਤ ਮਿਲੀ, ਕਿ ਉਹ ਕਈ ਚੀਜ਼ਾਂ ਅਗਰ ਮੈਨੂੰ ਕੋਈ ਹੋਰ ਡਾਇਰੈਕਟਰ ਕਹਿੰਦਾ ਤੂੰ ਆਹ ਕਰ ਜਾਂ ਮੇਰੇ ਉੱਪਰ ਛੱਡਦਾ ਤੂੰ ਆਹ ਕਰ ਲਾ, ਤਾਂ ਕਈ ਚੀਜ਼ਾਂ ਤੁਸੀਂ ਆਪ ਨਹੀਂ ਵਧੀਆ ਕਰ ਸਕਦੇ, ਕਿਉਂਕਿ ਕਈ ਚੀਜ਼ਾਂ ਤੁਹਾਨੂੰ ਤੁਸੀਂ ਉਹ ਫੀਲ ਨਹੀਂ ਕਰ ਸਕਦੇ ਜੋ ਇੱਕ ਡਾਇਰੈਕਟਰ ਫੀਲ ਕਰ ਸਕਦਾ, ਕਿਉਂਕਿ ਉਹਨੇ ਸਾਰੀ ਫਿਲਮ ਦੇਖੀ ਹੁੰਦੀ ਹੈ, ਬਣਾਈ ਹੁੰਦੀ ਹੈ ਕਿ ਇਹ ਕਰੈਕਟਰ ਐਵੇਂ ਦਾ ਹੀ ਚਾਹੀਦਾ। ਸੋ ਕਈ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਮੈਨੂੰ ਨਹੀਂ ਕਰਨਾ ਚਾਹੀਦਾ, ਤਾਂ ਮੈਨੂੰ ਆ ਕੇ ਕਹਿ ਦਿੰਦੇ ਸੀ ਵੀ ਇੱਦਾਂ ਨਹੀਂ ਕਰਨਾ, ਇੱਦਾਂ ਕਰਨਾ, ਕਰਕੇ ਦੱਸ ਦਿੰਦੇ ਸੀਗੇ। ਸੋ ਉਹਦੇ ਨਾਲ ਸਾਨੂੰ ਬਹੁਤ ਹੈਲਪ ਮਿਲੀ, ਜਿਹੜੀ ਤੁਹਾਨੂੰ ਫਿਲਮ 'ਚ ਦੇਖਣ ਨੂੰ ਮਿਲੂਗਾ ਕਿ ਕੁਛ ਇੱਕ ਮੈਂ ਬਾਕੀ ਫਿਲਮਾਂ ਨਾਲੋਂ ਹਟ ਕੇ ਮੇਰਾ ਕਰੈਕਟਰ ਹੋਊਗਾ ਇਹਦੇ ਵਿੱਚ, ਮੇਰਾ ਐਕਟ ਵੀ ਹਟ ਕੇ ਹੋਊਗਾ,
ਡਿਫਰੈਂਟ ਹੋਊਗਾ। ਸੋ ਮੈਂ ਬੜਾ ਲੱਕੀ ਹਾਂ ਕਿ ਮੈਨੂੰ ਉਹਨਾਂ ਨੇ ਡਾਇਰੈਕਟ ਕੀਤਾ, ਉਹਨਾਂ ਨੇ ਸਿਖਾਇਆ, ਬਹੁਤ ਜਾਂ ਸਿੱਖੀਆਂ ਸੀ। ਅਤੇ ਭਾਅ ਜੀ ਕਦੇ ਕੋਈ ਆਰਗੂਮੈਂਟਸ ਹੋਏ ਸੈੱਟ 'ਤੇ, ਜਿਵੇਂ ਤੁਸੀਂ ਐਕਟਰ ਅਤੇ ਉਹ ਵੀ ਐਕਟਰ ਰਹਿ ਚੁੱਕੇ ਹੁਣ ਡਾਇਰੈਕਟ ਕਰ ਰਹੇ, ਤੁਸੀਂ ਕਹੋ ਕਿ ਮੈਂ ਸੀਨ ਇੱਦਾਂ ਕਰਨਾ, ਉਹਨਾਂ ਨੇ ਕੁਛ ਹੋਰ ਤਰੀਕੇ ਨਾਲ ਸੋਚਿਆ? ਕਿਉਂਕਿ ਜਦੋਂ ਅਸੀਂ ਪਹਿਲੇ ਦਿਨ ਫਿਲਮ ਸਟਾਰਟ ਕੀਤੀ ਸੀਗੀ ਤਾਂ ਪਹਿਲੇ ਦਿਨ ਇਹੀ ਗੱਲ ਹੋਈ ਸੀ, ਉਹਨਾਂ ਨੇ ਕਿਹਾ ਸੀ ਕਿ ਸਾਰੇ ਜਣੇ ਆਪਣੀ ਆਪਣੀ ਈਗੋ ਘਰੇ ਛੱਡ ਕੇ ਆਇਓ। ਅੱਛਾ, ਨਾ ਮੈਂ ਨੀਰੂ ਬਾਜਵਾ, ਨਾ ਤੁਸੀਂ ਜੱਸੀ ਗਿੱਲ, ਨਾ ਤੂੰ ਬੱਬਲ ਰਾਏ। ਸੋ ਅਸੀਂ ਇਸ ਤਰੀਕੇ ਨਾਲ ਹੀ ਸੈੱਟ 'ਤੇ ਗਏ ਸੀ ਕਿ ਬਿਲਕੁਲ ਸਾਰਾ ਕੁਛ ਨਵਾਂ, ਕਿ ਆਪਸ ਹਰ ਇੱਕ ਚੀਜ਼ ਡਿਸਕਸ ਕਰਦੇ ਸੀ। ਸੀਨ ਕਰਨ ਤੋਂ ਪਹਿਲਾਂ ਉਹਦੇ ਬਾਰੇ ਗੱਲ ਹੁੰਦੀ ਸੀ ਕਿ ਕਿਵੇਂ ਦੀ ਡਿਮਾਂਡ ਆ ਉਹਦੇ ਵਿੱਚ। ਨੀਰੂ ਜੀ ਦੱਸਦੇ ਸੀ ਕਿ ਸਾਨੂੰ ਆਹ ਡਿਮਾਂਡ ਚਾਹੀਦੀ ਹੈ, ਐਵੇਂ ਦੀ ਫੀਲ ਚਾਹੀਦੀ ਹੈ ਸੀਨ ਦੇ ਵਿੱਚ, ਤੁਸੀਂ ਆਹ ਕਰਨਾ। ਸੋ ਕੋਈ ਇਹਦੇ ਵਿੱਚ ਪ੍ਰੋਬਲਮ ਨਹੀਂ ਸੀਗੀ, ਅਸੀਂ ਬਹੁਤ ਹੱਸਦੇ ਖੇਡਦੇ ਫਿਲਮ ਬਣਾਈ ਹੈ, ਕਿਉਂਕਿ ਇੱਕ ਚੰਗੀ ਫਿਲਮ ਬਣਨ ਦੇ ਲਈ, ਹਾਂ ਲੜਾਈਆਂ ਵੀ ਹੁੰਦੀਆਂ ਨੇ ਕਈ ਫਿਲਮਾਂ 'ਚ, ਪਰ ਅਸੀਂ ਬਹੁਤ ਇਹਦੇ 'ਚ ਰਹੇ ਹਾਂ ਕਿ ਮਤਲਬ ਵਧੀਆ ਨੇ ਬੜੀ ਫਿਲਮ। ਅਤੇ ਭਾਅ ਜੀ ਤੁਸੀਂ ਰੁਬੀਨਾ ਬਾਜਵਾ ਜੀ ਦਾ ਡੈਬਿਊ ਹੋ ਰਿਹਾ ਇਸ ਮੂਵੀ ਤੋਂ, ਤੁਸੀਂ ਦੋਵੇਂ ਬਾਜਵਾ ਸਿਸਟਰਸ ਨਾਲ ਕੰਮ ਕਰ ਚੁੱਕੇ ਹੋ, ਅਤੇ ਦੋਨਾਂ 'ਚੋਂ ਜ਼ਿਆਦਾ ਮਜ਼ਾ ਕਿਹਦੇ ਨਾਲ ਆਇਆ ਕੰਮ ਕਰਕੇ, ਅਤੇ ਹੋਰ ਰੁਬੀਨਾ ਬਾਜਵਾ ਨਾਲ ਆਪਣੇ ਐਕਸਪੀਰੀਅੰਸ ਬਾਰੇ ਦੋਨੇ ਦੱਸੋ। ਮੈਂ ਤਾਂ ਦੱਸਣਾ ਚਾਹੂੰਗਾ ਜੀ ਕਿ ਨੀਰੂ ਬਾਜਵਾ ਜੀ ਨਾਲ ਵੀ ਕੰਮ ਕੀਤਾ ਸੀ, ਇਹਦੇ ਵਿੱਚ ਵੀ ਨੀਰੂ ਬਾਜਵਾ ਜੀ ਨਾਲ ਹੀ ਕੰਮ ਕੀਤਾ। ਸੋ ਇਹਦੇ ਵਿੱਚ ਵੀ ਦੋਨੇ ਹੀ ਜਾਣੇ ਸੀ। ਸੋ ਆਲਵੇਜ਼ ਫਨ ਓਨਾ ਹੀ ਹੁੰਦਾ, ਕਿਉਂਕਿ ਮੇਰਾ ਥੋੜ੍ਹਾ ਨੇਚਰ ਐਵੇਂ ਤਾਂ ਅਸੀਂ ਬਹੁਤ ਜਲਦੀ ਘੁਲ ਮਿਲਦੇ ਹਾਂ ਹਰ ਕਿਸੇ ਨਾਲ। ਕੋਈ ਵੀ ਮੈਂ ਇਹ ਫਿਲਮ ਨਹੀਂ ਕਿਸੇ ਨਾਲ ਵੀ ਫਿਲਮ ਕਰਦਾ, ਮੈਨੂੰ ਇੱਦਾਂ ਹੁੰਦਾ ਕਿ ਜਿੰਨੇ ਤੁਸੀਂ ਇੱਕ ਨਾਲ ਦੇ ਬੰਦੇ ਨੂੰ ਕੰਫਰਟੇਬਲ ਨਹੀਂ ਕਰ ਲੈਂਦੇ, ਜੇ ਤੁਸੀਂ ਪਰਫੋਰਮ ਨਹੀਂ ਵਧੀਆ ਕਰ ਸਕਦੇ। ਸੋ ਇੱਕ ਬੰਦੇ ਤੁਹਾਡਾ ਕੰਫਰਟੇਬਲ ਲੈਵਲ ਵਧੀਆ ਹੋਣਾ ਚਾਹੀਦਾ ਤਾਂ ਕਿ ਤੁਸੀਂ ਸਕਰੀਨ 'ਤੇ ਉਹ ਚੀਜ਼ ਦਿਖਾ ਸਕੋ। ਸੋ ਆਲਵੇਜ਼ ਮੈਂ ਟਰਾਈ ਕਰਦਾ ਹੁੰਦਾ ਕਿ ਜਿਵੇਂ ਦਾ ਕਰੈਕਟਰ ਆ ਤੁਸੀਂ ਉਵੇਂ ਦੀਆਂ ਮਸਤੀਆਂ ਕਰਦੇ ਰਹੋ, ਜਾਂ ਉਨੇ ਖੁਸ਼ ਰਹੋ ਜਿਵੇਂ ਤੁਸੀਂ ਦਿਖਾਉਣਾ ਸਕਰੀਨ 'ਤੇ, ਉਹਦੇ ਨਾਲ ਬੈਟਰ ਵਧੀਆ ਪਰਫੋਰਮੈਂਸ ਹੁੰਦੀ ਹੈ। ਅਤੇ ਬਬਲ ਭਾਅ ਜੀ ਤੁਹਾਡਾ ਰੁਬੀਨਾ ਬਾਜਵਾ ਜੀ? ਬਹੁਤ ਵਧੀਆ ਰਿਹਾ। ਮੈਨੂੰ ਪਹਿਲਾਂ ਇੱਦਾਂ ਲੱਗਦਾ ਸੀਗਾ ਕਿ ਨੀਰੂ ਜੀ ਦੇ ਸਸਰਾ ਸ਼ਾਇਦ ਥੋੜ੍ਹਾ ਐਟੀਟਿਊਡ ਨਾ ਹੋਵੇ ਉਹਨਾਂ ਦੇ ਵਿੱਚ, ਪਰ ਬਹੁਤ ਮਤਲਬ ਫਰੈਂਡਲੀ ਰਹੇ ਸਾਡੇ ਨਾਲ, ਹੈ ਨਾ। ਉਹ ਵੀ ਨਵੇਂ ਸੀ ਇੱਕ ਤਰ੍ਹਾਂ ਦੇ, ਅਸੀਂ ਵੀ ਨਵੇਂ, ਅਸੀਂ ਹਲੇ ਕੋਈ ਬਹੁਤ ਜ਼ਿਆਦਾ ਕੰਮ ਨਹੀਂ ਕੀਤਾ ਹੈਗਾ। ਸੋ ਅਸੀਂ ਇੱਕ ਦੂਜੇ ਤੋਂ ਬੜਾ ਕੁਛ ਸਿੱਖਿਆ ਵੀ, ਅਤੇ ਜਿੱਦਾਂ ਪਹਿਲਾਂ ਮੈਂ ਕਿਹਾ ਸੀਗਾ ਕਿ ਅਸੀਂ ਹੱਸਦੇ ਖੇਡਦੇ ਫਿਲਮ ਬਣਾਈ ਹੈ। ਸੋ ਸਾਡੇ ਕਰੈਕਟਰ ਉੱਦਾਂ ਦੇ ਸੀਗੇ, ਤਾਂ ਉਹ ਜਿਹੜੀ ਕੈਮਿਸਟਰੀ ਆ ਉਹ ਤੁਸੀਂ ਟ੍ਰੇਲਰ 'ਚ ਵੀ ਦੇਖੋਗੇ, ਪੋਸਟਰਸ 'ਚ ਵੀ ਦੇਖੋਗੇ, ਇੱਕ ਬੜੀ ਫਰੈਸ਼ ਜਿਹੜੀ ਹੈਗੀ ਹੈ ਪੇਅਰਿੰਗ ਦੀ ਵਾਈਬ ਜਿਹੜੀ ਆ ਰਹੀ ਹੈ ਨਾ। ਅਤੇ ਵਧੀਆ ਲੱਗਿਆ ਬਹੁਤ। ਹਾਂਜੀ, ਅਤੇ ਤੁਸੀਂ ਭਾਅ ਜੀ ਦੋਨੋਂ ਜਣੇ ਟੀਮ ਜੇਬੀ ਦੇ ਪਾਰਟ ਹੋ, ਤੁਹਾਡੀ ਆਪਣੀ ਟੀਮ ਹੈ ਟੀਮ ਜੇਬੀ, ਇਹ ਟੀਮ ਜੇਬੀ ਦਾ ਆਈਡੀਆ ਕਿੱਥੋਂ ਆਇਆ? ਥੋੜ੍ਹਾ ਸਾਨੂੰ ਉਹਦੇ ਬਾਰੇ ਦੱਸੋ। ਭਾਅ ਜੀ ਆਈਡੀਆ ਸੋਚ ਕੇ ਕੁਛ ਨਹੀਂ ਕੀਤਾ ਵੀ ਅਸੀਂ ਆਹ ਬਣਾਉਣਾ। ਜਿਵੇਂ ਕਹੋ ਜਦੋਂ ਕੋਈ ਚੰਗਾ ਕੰਮ ਹੋਣਾ ਹੁੰਦਾ ਤਾਂ ਆਪਣੇ ਆਪ ਆ ਜਾਂਦਾ ਨਾ। ਸੋ ਕਦੇ ਸੋਚਿਆ ਨਹੀਂ ਸੀ, ਤਾਂ ਇੱਦਾਂ ਹੀ ਸ਼ੁਰੂ ਕੀਤਾ ਸੀ, ਕਿਉਂਕਿ ਜਦੋਂ ਮੇਰਾ ਵੀ ਇੱਕ ਗਾਣਾ ਸੀ, ਬੱਬਲ ਦਾ ਵੀ ਇੱਕ ਗਾਣਾ ਸੀਗਾ, ਸਾਨੂੰ ਜਦੋਂ ਆਫਰਸ ਆਉਂਦੇ ਸੀ ਸ਼ੋਅਜ਼ ਦੀਆਂ, ਸੋ 2.5 ਘੰਟੇ ਪਰਫੋਰਮ ਕਰਨਾ ਹੁੰਦਾ। ਸੋ ਤੁਹਾਡੇ ਕੋਲ ਦੂਜੇ ਹਨ, ਤੁਸੀਂ ਹੋਰਾਂ ਦੇ ਗਾਣੇ ਨਹੀਂ ਗਾ ਸਕਦੇ, ਹੋਰਾਂ ਦੇ ਗਾਉਣੇ ਤਾਂ ਆਡੀਅੰਸ ਕਹਿੰਦੇ ਕਿ ਯਾਰ ਇਹਦਾ ਯਾਰ ਉਹਦੇ ਵੀ ਸੁਣ ਲਾਂਗੇ ਅਸੀਂ, ਤੂੰ ਕਾਹਦਾ ਸਿਖਾ ਰਹੇ। ਸੋ ਸਾਨੂੰ ਟਰਾਈ, ਸਾਨੂੰ ਐਂ ਸੀਗਾ ਵੀ ਇੱਕ ਤਾਂ ਵਰਾਇਟੀ ਹੋ ਜੂ ਲੋਕਾਂ ਦੇ, ਇੱਕ ਉਸ ਟਾਈਮ ਇੰਡਸਟਰੀ 'ਚ ਕੋਈ ਐਵੇਂ ਦੀ ਟੀਮ ਨਹੀਂ ਸੀਗੀ ਜਿਹੜੀ ਇਕੱਠੇ, ਇੱਕ ਹਨੀ ਸਿੰਘ ਉਹਨਾਂ ਦੀ ਸੀਗੀ, ਮਾਫੀਆ ਮੰਡੀ, ਹਾਂਜੀ, ਪਰ ਉਹ ਥੋੜ੍ਹਾ ਵੱਡੇ ਲੈਵਲ 'ਤੇ ਕੰਮ ਕਰਦੇ ਸਾਰੇ ਜਾਣੇ। ਸੋ ਅਸੀਂ ਉਹ ਸਟਾਰਟ ਕੀਤੀ ਸੀ ਉਸ ਟਾਈਮ ਇਹ ਸੋਚ ਕੇ ਕਿ ਇੱਕ ਵਰਾਇਟੀ ਮਿਲ ਜੂਗੀ ਅਤੇ ਸਾਨੂੰ ਵੀ ਈਜ਼ੀ ਹੋ ਜੂਗਾ ਸ਼ੋਅਜ਼ ਕਰਨਾ, ਕਿਉਂਕਿ ਨਵਾਂ ਕੰਮ ਸੀਗਾ, ਸ਼ੁਰੂ ਕਰਨਾ ਸੀਗਾ, ਉਹਦੇ ਲਈ ਐਕਸਪੀਰੀਅੰਸ ਨਹੀਂ ਸਾਡੇ ਕੋਲ ਸਟੇਜ ਸ਼ੋਅਜ਼ ਦਾ ਨਾ। ਸੋ ਹੌਲੀ ਹੌਲੀ ਐਕਸਪੀਰੀਅੰਸ ਹੁੰਦਾ ਗਿਆ, ਸੋ ਅੱਜ ਸਾਡਾ ਉਹ ਜਿਵੇਂ ਕਹਿ ਲਓ ਪਲੱਸ ਪੁਆਇੰਟ ਬਣ ਗਿਆ। ਲੋਕ ਸਾਨੂੰ ਇਕੱਠਿਆਂ ਨੂੰ ਦੇਖਣਾ ਚਾਹੁੰਦੇ ਆ, ਜਦੋਂ ਅਸੀਂ ਸ਼ੋਅ ਕਰਦੇ ਹਾਂ ਉਹ ਆਲਵੇਜ਼ ਇਹੀ ਕਹਿੰਦੇ ਕਿ ਜਦੋਂ ਤੁਸੀਂ ਇਕੱਲੇ ਇਕੱਲੇ ਪਰਫੋਰਮ ਕਰਦੇ ਹੋ, ਜਦੋਂ ਦੁਨੀਆਂ ਨੇ ਇਕੱਠੇ ਹੋਣੇ ਤਾਂ એનર્ਜੀ ਡਬਲ ਹੋ ਜਾਂਦੀ ਹੈ, ਆਡੀਅੰਸ ਰਿਹਾ ਨਹੀਂ ਜਾਂਦਾ ਕਿ ਉਹ ਨਾ ਭੰਗੜਾ ਪਾਉਣ, ਆਲਵੇਜ਼ ਮਤਲਬ ਫੁੱਲ ਖੱਪ ਹੁੰਦੀ ਹੈ। ਸੋ ਇਹ ਚੀਜ਼ਾਂ ਹੁਣ ਸਾਡੀ ਪਰਫੋਰਮੈਂਸ ਦੇ ਟੀਮ ਜੇ ਬੀ ਹੁਣ ਜਿਹੜੀ ਬਣੀ ਆ ਉਹਦਾ ਇੱਕ ਪਲੱਸ ਪੁਆਇੰਟ ਜਾਂ ਕਹਿ ਲਓ ਇੱਕ ਬਹੁਤ ਵਧੀਆ ਸਾਨੂੰ ਮਿਲ ਗਈ ਚੀਜ਼, ਜਿਹਦੇ ਕਰਕੇ ਅਸੀਂ ਲੋਕਾਂ ਨੂੰ ਐਂਟਰਟੇਨ ਕਰ ਸਕਦੇ ਹਾਂ ਅਤੇ ਆਪਣੇ ਨਾਲ ਜੋੜ ਕੇ ਰੱਖ ਸਕਦੇ ਹਾਂ, ਅਤੇ ਅੱਗੇ ਵੀ ਅਸੀਂ ਇਹੀ ਟਰਾਈ ਕਰਦੇ ਰਹਾਂਗੇ ਕਿ ਅਸੀਂ ਇਕੱਠੇ ਵਧੀਆ ਵਧੀਆ ਕੰਮ ਕਰਦੇ ਰਹੀਏ, ਤਾਂ ਕਿ ਇੱਕ ਤਾਂ ਲੋਕਾਂ ਦਾ ਦੋਸਤੀ 'ਤੇ ਵਿਸ਼ਵਾਸ ਬਣਿਆ ਰਹੇ, ਉਹਨਾਂ ਨੂੰ ਲੱਗੇ ਕਿ ਦੋਸਤੀ ਬਹੁਤ ਚੰਗੀ ਚੀਜ਼ ਆ ਅਗਰ ਤੁਸੀਂ ਉਹਨੂੰ ਉਹਦੇ ਲਈ ਸੱਚੇ ਰਹੋ, ਉਹਦੇ ਲਈ ਕੰਮ ਕਰਦੇ ਰਹੋ। ਸੋ ਅਸੀਂ ਆਪਣੇ ਵੱਲੋਂ ਆਹੀ ਟਰਾਈ ਕਰਦੇ ਹਾਂ ਕਿ ਲੋਕਾਂ ਨੂੰ ਇੱਕ ਮੈਸੇਜ ਵੀ ਜਾਵੇ ਨਾਲ ਉਹ ਐਂਟਰਟੇਨ ਵੀ ਹੋਣ।
ਤੇ ਭਾਅ ਜੀ ਹੁਣ ਜੰਪ ਟੂ ਭੰਗੜਾ ਐਲਬਮ ਮਾਰਕੀਟ 'ਚ ਆ ਚੁੱਕੀ ਹੈ, ਉਹਦਾ ਆਡੀਓ ਪੂਰਾ ਸਾਰੇ ਗਾਣੇ ਆ ਚੁੱਕੇ ਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਉਹਦੇ ਗਾਣੇ, ਜਿਨ੍ਹਾਂ ਨੇ ਵੀ ਸੁਣਿਆ, ਬਹੁਤ ਪਿਆਰ ਸਾਨੂੰ, ਬਹੁਤ ਪੋਜ਼ਿਟਿਵ ਫੀਡਬੈਕ ਹੈ ਜਿਹੜਾ ਆ ਰਿਹਾ। ਉਹਦੇ 3 ਵੀਡੀਓ ਅਸੀਂ ਰਿਲੀਜ਼ ਕਰ ਚੁੱਕੇ ਹਾਂ, ਜੱਸੀ ਦਾ ਗਾਣਾ ਨਖਰੇ ਜਿਹਨੂੰ ਬਹੁਤ ਪਸੰਦ ਕਰ ਰਹੇ ਸਾਰੇ, ਅਤੇ ਖਾਸ ਕਰਕੇ ਫੀਮੇਲ ਫੈਨਸ, ਅਤੇ ਉਹਦਾ ਵੀਡੀਓ ਆਲਮੋਸਟ ਰੈਡੀ ਆ, ਅਤੇ ਉਹ ਵੀ ਬਹੁਤ ਜਲਦੀ ਆ ਜੂਗਾ। ਫਿਲਮ ਤੋਂ ਥੋੜ੍ਹਾ ਜਿਹਾ ਗੈਪ ਅੱਗੇ ਕੱਢਾਂਗੇ, ਅਤੇ ਉਸ ਤੋਂ ਬਾਅਦ ਮੇਰਾ ਇੱਕ ਗਾਣੇ ਦਾ ਅਸੀਂ ਵੀਡੀਓ ਕਰਾਂਗੇ, ਅਤੇ 11 ਗਾਣੇ ਆ ਐਲਬਮ ਦੇ ਵਿੱਚ, ਸਾਰੇ ਭੰਗੜੇ ਵਾਲੇ, ਇਸੇ ਲਈ ਜੰਪ ਟੂ ਭੰਗੜਾ, ਅਤੇ ਟੀਮ JB ਇਜ਼ ਆਲ ਅਬਾਊਟ ਭੰਗੜਾ, ਤਾਂ ਜਦੋਂ ਤੁਸੀਂ ਨੱਚਣਾ ਟੱਪਣਾ ਸਾਨੂੰ ਯਾਦ ਕਰ ਸਕਦੇ ਹੋ। ਠੀਕ ਹੈ, ਅਤੇ ਭਾਅ ਜੀ ਹੁਣ ਜਾਂਦੇ ਜਾਂਦੇ ਇੱਕ ਗਾਣਾ ਹੋ ਜਾਵੇ ਡੂਇਟ ਸੌਂਗ ਤੁਹਾਡੇ ਦੋਵਾਂ ਦੀ। ਅਸੀਂ ਸਰਗੀ ਫਿਲਮ ਦਾ ਸਾਡਾ ਡਿਊਟ ਹੈ ਜੀ ਦੋਨਾਂ ਦਾ ਜੀ। ਉਹ ਹਾਂਜੀ, ਉਹ ਬਹਿ ਜਾ ਕਰਦੇ ਆ ਕੰਨਾਂ ਵਾਲੇ ਝੁੰਮ ਕੇ, ਲੈਂਦੇ ਆ ਸਵਾਦ ਗੱਲਾਂ ਗੋਰੀਆਂ ਨੂੰ ਚੁੰਮ ਕੇ, ਤੈਨੂੰ ਉਂਗਲਾਂ ਹੁਸਨ ਨੇ ਲਾਹੀਆਂ ਨੀ, ਐਵੇਂ ਨਹੀਂ ਉਹ ਤੂੰ ਜੱਚਦੀ, ਲੱਕ ਤੋਂ ਤਿਲਕਦਾ ਲਹਿੰਗਾ ਨੀ ਗਿੱਧੇ ਵਿੱਚ ਤੂੰ ਨੱਚਦੀ, ਤੇਰੇ ਲੱਕ ਤੋਂ ਤਿਲਕਦਾ ਲਹਿੰਗਾ ਨੀ ਗਿੱਧੇ ਵਿੱਚ ਤੂੰ ਨੱਚਦੀ, ਮੁੰਡਾ ਫਿਰ ਤੇਰੇ ਉੱਤੇ ਮਾਰਦਾ ਟਰਾਈਆਂ। ਕੀ ਬਾਤ ਹੈ ਬਾਜੀ, ਬਹੁਤ ਮਜ਼ਾ ਆ ਗਿਆ। ਅਤੇ ਹੁਣ ਆਡੀਅੰਸ ਨੂੰ ਵੀ ਦੱਸ ਦਿਓ ਕਿ ਸਰਗੀ ਕਿਉਂ ਦੇਖਣ ਜਾਣ ਅਤੇ ਉਹਨਾਂ ਨੂੰ ਕੀ ਮਜ਼ਾ ਆਉਣ ਵਾਲਾ ਫਿਲਮ ਜੀ? ਸਰਗੀ ਤੁਸੀਂ ਸਿਰਫ ਇਸ ਲਈ ਦੇਖਣ ਜਾਓ ਕਿ ਤੁਸੀਂ ਆਪਣੀ ਲਾਈਫ 'ਚ ਬੋਰ ਹੋ ਰਹੇ ਹੋ, ਸਟ੍ਰੈਸ ਆ, ਤੁਸੀਂ ਫਨ ਕਰਨਾ ਚਾਹੁੰਦੇ ਹੋ, ਇੰਟਰਟੇਨਮੈਂਟ ਚਾਹੁੰਦੇ ਹੋ, ਤਾਂ ਤੁਹਾਨੂੰ 2.25 ਘੰਟੇ ਮਤਲਬ ਇਹ ਪਤਾ ਨਹੀਂ ਲੱਗੂਗਾ ਕਿ ਤੁਹਾਡੀ ਲਾਈਫ 'ਚ ਹੋਰ ਕੀ ਚੱਲ ਰਿਹਾ। ਤੁਸੀਂ ਫਿਲਮ ਵਾਲੇ ਨਾਲ ਜੁੜ ਜਾਓਗੇ, ਕਿਉਂਕਿ ਫਿਲਮ ਪਹਿਲੇ ਸੀਨ ਤੋਂ ਲੈ ਕੇ ਕਲਾਈਮੈਕਸ ਤੱਕ ਤੁਹਾਨੂੰ ਆਪਣੇ ਆਪ ਨਾਲ ਜੁੜ ਕੇ ਰੱਖਦੀ ਹੈ, ਅਤੇ ਇੱਕ ਫਨ ਰਾਈਡ ਆ ਸਾਰੀ ਫੈਮਿਲੀ ਦੇ ਲਈ। ਅਤੇ ਜਿਵੇਂ ਤੁਸੀਂ ਸਾਡੇ ਸ਼ੋਜ਼ ਇੰਜੋਏ ਕਰਦੇ ਹੋ, ਟੀਮ JB ਦੇ ਸ਼ੋਜ਼ ਇੰਜੋਏ ਕਰਦੇ ਹੋ, ਮੈਂ ਅਸੀਂ ਪ੍ਰੋਮਿਸ ਕਰਦੇ ਹਾਂ ਕਿ ਉਵੇਂ ਹੀ ਤੁਸੀਂ ਫਿਲਮ ਇੰਜੋਏ ਕਰੋਗੇ, ਕਿਉਂਕਿ ਬਹੁਤ ਘੱਟ ਅਸੀਂ ਇਕੱਠੇ ਆਉਂਦੇ ਹਾਂ ਫਿਲਮਾਂ ਦੇ, ਇਸ ਵੇਲੇ ਇਕੱਠੇ ਅਸੀਂ ਆਏ ਸੀ 420 ਦੇ ਵਿੱਚ, ਅਤੇ ਉਹ ਫਿਲਮ ਵੀ ਬਹੁਤ ਵਧੀਆ ਅਸੀਂ ਇੰਜੋਏ ਕੀਤੀ। ਦਿਲਦਾਰੀਆਂ 'ਚ ਗੈਸਟ ਅਪੀਅਰੈਂਸ ਸੀ, ਫੁੱਲ ਨਹੀਂ ਸੀਗਾ, ਸੋ ਅਸੀਂ ਇਹ ਜਿਹੜੀ ਫਿਲਮ ਬਣਾਈ ਆ ਬਹੁਤ ਮਿਹਨਤ ਨਾਲ ਬਣਾਈ ਆ, ਤੁਸੀਂ ਸਾਰੇ ਜਣੇ ਦੇਖ ਕੇ ਆਇਓ, ਅਤੇ ਸਪੈਸ਼ਲੀ ਫੈਮਿਲੀਜ਼, ਇੱਕ ਰਿਕੁਐਸਟ ਕਰਨਾ ਚਾਹਾਂਗੇ, ਜਦੋਂ ਤੁਸੀਂ ਫਿਲਮ ਦੇਖ ਕੇ ਆਓਗੇ ਤਾਂ ਫਿਲਮ ਦੇਖ ਕੇ ਸਟੇਟਸ ਅਪਡੇਟ ਜ਼ਰੂਰ ਕਰਿਓ, ਤਾਂ ਕਿ ਬਾਕੀ ਲੋਕਾਂ ਨੂੰ ਪਤਾ ਲੱਗ ਸਕੇ ਕਿ ਫਿਲਮ ਕਿਵੇਂ ਦੀ ਆ, ਅਤੇ ਵੱਧ ਤੋਂ ਵੱਧ ਲੋਕ ਫਿਲਮ ਦੇਖਣ ਅਤੇ ਪੰਜਾਬੀ ਸਿਨੇਮਾ ਨੂੰ ਸਪੋਰਟ। ਠੀਕ ਹੈ ਭਾਅ ਜੀ, ਥੈਂਕ ਯੂ ਸੋ ਮਚ, ਪੰਜਾਬੀ ਮੇਨੀਆ ਤੇ ਆਏ, ਬਹੁਤ ਮਜ਼ਾ ਆਇਆ। ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ।